ਹੈ ਸਾਰੇ ਟੀਚਰ ਤੁਸੀਂ SSA ਵਾਲਿਆਂ ਤੋਂ ਉਹ ਕੰਮ ਖੋਲੋ। ਸਰਕਾਰ ਉਹ ਕੰਮ ਨੂੰ ਪ੍ਰੋਜੈਕਟ ਨੂੰ ਕਦੀ ਨੇਪਰੇ ਨਹੀਂ ਚਾੜ ਸਕਦੀ ਹੈ, ਮੈਂ ਗਰੰਟੀ ਨਾਲ ਕਹਿੰਦੀ ਹਾਂ। ਪਰ ਅੱਜ ਸਰਕਾਰ ਸਾਨੂੰ ਕਹਿ ਰਹੀ ਹੈ ਕਿ ਤੁਸੀਂ ਸਕ੍ਰੈਚ ਤੋਂ ਸ਼ੁਰੂ ਕਰੋ, ਪਿਛਲੀ 10 ਸਾਲ 8 ਸਾਲ ਤੁਸੀਂ ਆਪਣੀ ਸਰਵਿਸ ਭੁੱਲ ਜਾਓ। ਕਿਉਂ ਅਸੀਂ ਬੇਵਕੂਫਾ ਪੋਸਟ ਗ੍ਰੈਜੂਏਸ਼ਨ ਕਰਕੇ ਅਸੀਂ ਇੱਥੇ ਬੈਠੇ ਹਾਂ, ਜੋ ਕ੍ਰਾਈਟੀਰੀਆ ਸਾਰਾ ਫੁਲਫਿਲ ਕਰਦੇ ਹਾਂ। ਅੱਜ ਮੇਰੇ ਘਰ ਕੀ ਮੈਂ ਮੈਰਿਡ ਹੂੰ, ਮੇਰਾ ਬੱਚਾ ਹੈ, ਮੇਰਾ ਹਸਬੈਂਡ ਹੈ, ਮੇਰੇ ਗ੍ਰੈਂਡ ਪੇਰੈਂਟਸ ਹੈ ਘਰ ਮੇ, ਮੇਰੇ ਫਾਦਰ ਇਨ ਲਾਅ ਦੀ ਮਹੀਨੇ ਦੀ 15,000 ਦੀ ਦਵਾਈ ਚੱਲ ਰਹੀ ਹੈ, ਮੇਰੀ ਮਦਰ ਇਨ ਲਾਅ ਕਿਡਨੀ ਪੇਸ਼ੈਂਟ ਹੈ, ਕੱਲ ਦੇ ਉਹਨਾਂ ਨੇ ਕੋਈ ਖਾਣਾ ਨਹੀਂ ਖਾਧਾ, ਭੁੱਖੇ ਭਾਣੇ ਬੈਠੇ ਹੈ, ਮੈਂ ਖੁਦ ਪੇਸ਼ੈਂਟ ਉੱਤੇ ਜਾ ਰਹੀ ਹੈ, ਡਿਪਰੈਸ਼ਨ ਦੇ ਸ਼ਿਕਾਰ ਹੋ ਰਿਹਾ ਟੀਚਰ, ਉਹਦੇ ਬਾਵਜੂਦ ਸਾਨੂੰ ਕਿਹਾ ਜਾ ਰਿਹਾ ਤੁਸੀਂ ਅੱਜ ਸਟਾਰਟ ਕਰੋ, 3 ਸਾਲ ਦੇ ਬਾਅਦ ਵਿਚਾਰਿਆ ਜਾਏਗਾ। ਕੌਣ ਜ਼ਿੰਮੇਵਾਰ ਹੈ, ਕੌਣ ਕਹੇਗਾ ਕਿ 3 ਸਾਲ ਦੇ ਬਾਅਦ ਤੁਸੀਂ ਸਾਨੂੰ ਪੱਕਾ ਕਰੋਗੇ? ਕੌਣ ਗਰੰਟੀ ਦਿੰਦਾ ਜਦ ਪਿਛਲੇ 8 ਸਾਲ ਤੋਂ ਕੋਈ ਗਰੰਟੀ ਨਹੀਂ ਦੇ ਰਹੇ? ਇਹ ਉਹ MLA ਸਾਹਿਬ ਹੈ ਜਿਹੜੇ ਮੇਰੀ ਖੁਦ ਇਲੈਕਸ਼ਨ ਡਿਊਟੀ ਲੱਗੀ ਸੀ, ਔਰ ਉੱਥੇ MLA ਸਾਹਿਬ ਨੂੰ ਮੈਂ ਖੁਦ ਦੇਖਿਆ, ਉਹ ਲੋਕ ਮੈਨੂੰ ਨਹੀਂ ਲੱਗਦਾ ਤੁਸੀਂ ਰਾਹ ਚੱਲਦੇ ਹੋ, ਉਹ ਲੋਕਾਂ ਨੂੰ ਤੁਸੀਂ ਖੜ ਕੇ ਦੁਆ ਸਲਾਮ ਵੀ ਕਰਦੇ ਹੋ, ਉਹ ਲੋਕਾਂ ਦੇ ਕੋਲ ਜਾ ਕੇ ਜੱਫੀਆਂ ਪਾ ਕੇ ਹੱਥ ਜੋੜ ਕੇ ਵੋਟਾਂ ਮੰਗੀਆਂ। ਅੱਜ ਉਹ ਵਾਲੇ MLA ਸਾਹਿਬ ਕੋਲ ਸਾਡੇ ਵਾਸਤੇ ਟਾਈਮ ਨਹੀਂ ਹੈ। ਵੀ ਆਰ ਨਾਟ ਫੁਲਿਸ਼ ਪੀਪਲ, ਵੀ ਆਰ ਐਜੂਕੇਟਡ ਪੀਪਲ ਸਿਟਿੰਗ ਹੇਅਰ। ਇਲੈਕਸ਼ਨ ਸੇ ਪਹਿਲੇ ਕੁਛ ਔਰ, ਇਲੈਕਸ਼ਨ ਕੇ ਬਾਅਦ ਕੁਛ ਔਰ। ਥੈਂਕ ਯੂ ਸੋ ਮਚ।